ਖਿਆਸਤ ਵਪਾਰ ਧਰਮ ਅਤੇ ਫਿਲਮ ਜਗਤ ਦੇ ਨਾਲ ਹੁਣ ਕੈਨੇਡਾ ਤੇ ਅਮਰੀਕਾ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਦੇਸ਼ਤੀ ਨੰਬਰ 1 ਨਿਊਜ਼ ਐਪ ਦੇਨਿਕ ਸਵੇਰਾ ਟਾਈਮਸ ਅੱਜ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ 12ਵੀਂ ਜਮਾਤ ਦੇ ਰਿਜ਼ਲਟ ਆਏ ਨੇ ਤੇ ਬਹੁਤ ਖੁਸ਼ੀ ਹੋਈ ਹੈ ਮੈਨੂੰ ਇਹ ਰਿਜ਼ਲਟ ਦੇਖ ਕੇ ਔਰ ਮੈਂ ਵਧਾਈ ਦਿਨਾਂ ਸਾਰੇ ਸਾਰੇ ਸਟੂਡੈਂਟਾਂ ਨੂੰ ਜਿਨ੍ਹਾਂ ਨੇ ਇਹ ਇਮਤਿਹਾਨ ਕੀਤੇ ਨੇ ਔਰ ਇਮਤਿਹਾਨ ਤੋਂ ਇਹਨਾਂ ਨੇ ਆਪਣੇ ਪਾਸ ਕੀਤੇ ਨੇ ਉਹਦੇ ਸਾਡੇ ਕੁਝ ਆਕੜੇ ਜਿਹੜੇ ਮੈਂ ਦੇਖਣਾ ਦੱਸਣਾ ਚਾਹੁੰਨਾ ਕਿ ਸਾਡੇ ਗਵਰਨਮੈਂਟ ਸਕੂਲਸ ਤੋਂ 94.32% ਇਹਦੇ ਪਾਸ ਹੋਏ ਨੇ ਐਜ਼ ਅਗੇਂਸਟ 91.84 ਜੋ ਅਫੀਲੀਏਟਡ ਸਕੂਲਸ ਦੇ ਵਿੱਚ ਨੇ ਤੇ 87.04% ਅਸੋਸੀਏਟਡ ਸਕੂਲਸ ਤੋਂ ਬਾਕੀ ਸਕੂਲਸ ਦਾ ਨਾੜੋਂ ਨਾਲੇ ਜਿਹੜੇ ਹੋਰ ਪ੍ਰਾਈਵੇਟ ਸਕੂਲਸ ਨਾਲੋਂ ਗਵਰਨਮੈਂਟ ਸਕੂਲਸ ਆ ਇਮਤਿਹਾਨ ਦੇ ਰਿਜ਼ਲਟ ਨੰਬਰ 1 ਤੇ ਆਏ ਨੇ ਐਡਿਡ ਪ੍ਰਾਈਵੇਟ ਸਕੂਲਸ ਨੇ 3% ਤੋਂ ਘੱਟ ਸੀ ਔਰ ਪਾਸ ਪਰਸੈਂਟੇਜ ਜਿਹੜਾ ਸਾਡੇ ਦਿਹਾਤੀ ਸਕੂਲਸ ਨੇ ਉਹਨਾਂ ਦੇ 93.39% ਹੈ ਔਰ ਜਿਹੜੇ ਅਰਬਨ ਸਕੂਲਸ ਨੇ 99.96% ਗੱਲ ਇਹ ਹੈ ਕਿ ਇੱਕ ਤਾਂ ਪਿੰਡਾਂ ਦੇ ਵਿੱਚ ਆਪਣੇ ਸਕੂਲ ਵਧੀਆ ਚੱਲੇ ਨੇ ਜਿਸ ਤਰੀਕੇ ਨਾਲ ਇਮਤਿਹਾਨ ਆਇਆ ਹੈ ਅਰਬਨ ਸਕੂਲ ਕੁਝ ਕਠੜਨੇ ਔਰ ਜਿੱਥੇ ਤਾਂ ਇਹ ਦੂਜੇ ਸਕੂਲਸ ਨੇ ਪ੍ਰਾਈਵੇਟ ਸਕੂਲਸ ਉਹਨਾਂ ਨਾਲੋਂ ਇਹ ਦੂਜੀ ਵਾਰ ਸਾਡੇ ਸਕੂਲਸ ਨੰਬਰ 1 ਤੇ ਆਏ ਨੇ ਤੋਂ ਇਹ ਵਧਾਈ ਤੁਹਾਨੂੰ ਸਾਰੇ ਜਿਹੜੇ ਫੈਕਲਟੀ ਮੈਂਬਰਸ ਨੇ ਜਿਹੜੇ ਪੜਾਉਂਦੇ ਨੇ ਮਾਸਟਰ ਸਾਡੇ ਉਹਨਾਂ ਦੀ ਹਿੰਮਤ ਨਾਲ ਇਹ ਕੀਤਾ ਔਰ ਬੱਚਿਆਂ ਨੇ ਜਿਨ੍ਹਾਂ ਨੇ ਮਿਹਨਤ ਕੀਤੀ ਹੈ ਔਰ ਮਿਹਨਤ ਕਰਕੇ ਇਹ ਰਿਜ਼ਲਟ ਇਹ ਪੰਜਾਬ ਵਾਸਤੇ ਲਿਆਏ ਨੇ ਪਿਛਲੇ ਸਾਲ 86.41% ਸੀ ਤਾਂ ਇਹ ਬਹੁਤ ਵਧਾਈ ਬਾਤ ਰਹੋ ਤੁਸੀਂ ਸਾਰੇ ਔਰ ਤੁਹਾਨੂੰ ਤੁਹਾਡੇ ਮਾਸਟਰਸ ਨੂੰ ਤੁਹਾਡੇ ਸਾਰੇ ਫੈਕਲਟੀ ਮੈਂਬਰਸ ਜੋ ਵੀ ਹੈ ਸਾਡੇ ਸਕੂਲ ਦੇ ਟੀਚਰ ਸਾਰੇ ਨੂੰ ਬਹੁਤ ਬਹੁਤ ਵਧਾਈ ਹੋਵੇ ऑल वर्ल्ड ओपन चैलेंज 17 टाइम गोल्ड मेडलिस्ट मिया रफीक मोहम्मद पंडित मौलवी बेगम तांत्रिक इन चोरा ठगा तो सावधान स्पेशलिस्ट वशीकरण सट्टा नंबर लव मैरिज पति पत्नी च अनबन विदेश च पक्का होना कारोबार का ना चलना सिर्फ इकती घंटिया समाधान फ्री फ्री फ्री, फ्री मिया रफीक मोहम्मद मोबाइल चौरासी तीन सौ